सब्सक्राइब करो निडर आवाज टीवी नू ते ताजा वीडियोस पाउन लई। ਭਿੱਖੀਵਿੰਡ ਦਾ ਇੱਕ ਹੋਰ ਨੌਜਵਾਨ ਚੜਿਆ ਨਸ਼ੇ ਦੇ ਦੈਂਤ ਦੀ ਭੇਟ। ਨਸ਼ੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਹੋਈ ਮੌਤ। ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਭਲਵਾਨਕੇ ਦਰਾਇਕੇ ਦੇ ਨੌਜਵਾਨ ਵੱਲੋਂ ਨਸ਼ੇ ਦਾ ਟੀਕਾ ਲਗਾਉਣ ਨਾਲ ਦੇਰ ਰਾਤ ਉਸ ਦੀ ਮੌਤ ਹੋ ਜਾਣ ਦੀ ਖਬਰ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਦੀ ਪਤਨੀ ਅਤੇ ਭਰਾ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਭਿੱਖੀਵਿੰਡ ਚੌਂਕ ਵਿੱਚ ਰੱਖ ਕੇ ਪੰਜਾਬ ਪੁਲਿਸ ਅਤੇ ਮੌਜੂਦਾ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਵਿਰਲਾਪ ਕੀਤਾ ਹੈ। इस मौके मृतक नौजवान हीरा सिंह की पत्नी और उसके भरा ने ਭਿੱਖੀਵਿੰਡ पुलिस और कांग्रेस के मौजूदा विधायक सुखपाल सिंह भुल्लर उपर गंभीर दोष लगाए हैं। की कहना है मृतक परिवार का, देखो ये विशेष रिपोर्ट। किस तरह डेथ किस तरह हुई है? लाश नु इथे रख के क्यों बैठे जो ਵੀਰ ਜੀ? ਲਾਸ਼ ਨੂੰ ਰੱਖ ਕੇ ਕਿਉਂ ਬੈਠੇ ਜੋ ਇੱਥੇ? ਇੱਥੇ ਹੀ ਦੱਸਣਯੋਗ ਗੱਲ ਇਹ ਹੈ ਕਿ ਭਿੱਖੀਵਿੰਡ ਵਿਖੇ ਨਗਰ ਪੰਚਾਇਤ ਦੀਆਂ ਹੋ ਰਹੀਆਂ ਚੋਣਾਂ ਨੂੰ ਲੈ ਕੇ ਜਿੱਥੇ ਹਾਈ ਅਲਰਟ ਹੋਣ ਕਰਕੇ ਭਿੱਖੀਵਿੰਡ ਪੁਲਿਸ ਛਾਉਣੀ ਵਿੱਚ ਤਬਦੀਲ ਹੈ, ਉੱਥੇ ਹੀ ਜਦ ਮ੍ਰਿਤਕ ਨੌਜਵਾਨ ਹੀਰਾ ਸਿੰਘ ਦੀ ਲਾਸ਼ ਪਰਿਵਾਰਕ ਮੈਂਬਰਾਂ ਵੱਲੋਂ ਚੌਂਕ ਵਿੱਚ ਰੱਖ ਕੇ ਆਪਣਾ ਰੋਸ ਜ਼ਾਹਿਰ ਕੀਤਾ ਜਾ ਰਿਹਾ ਸੀ ਤਾਂ ਉਸ ਵਕਤ ਉੱਥੇ ਪੰਜਾਬ ਪੁਲਿਸ ਦੇ ਕਿਸੇ ਵੀ ਅਧਿਕਾਰੀ ਵੱਲੋਂ ਪਰਿਵਾਰ ਦੀ ਸਾਰ ਨਹੀਂ ਲਈ ਗਈ। ਹਾਲਾਂਕਿ ਚੌਂਕ ਵਿੱਚ ਮੌਜੂਦ ਪੁਲਿਸ ਮੁਲਾਜ਼ਮ ਵੀ ਤਮਾਸ਼ਾ ਵੇਖਦੇ ਨਜ਼ਰ ਆਏ। ਉਧਰ ਜਦੋਂ ਦੂਜੇ ਪਾਸੇ ਇਸ ਸੰਬੰਧੀ ਸਬ ਡਿਵੀਜ਼ਨ ਭਿੱਖੀਵਿੰਡ ਦੇ DSP ਰਾਜਵੀਰ ਸਿੰਘ ਦਾ ਪੱਖ ਜਾਣਨ ਲਈ ਸਾਡੇ ਪੱਤਰਕਾਰ ਵੱਲੋਂ ਸਬ ਡਿਵੀਜ਼ਨ ਦਫ਼ਤਰ ਪਹੁੰਚ ਕੀਤੀ ਗਈ ਤਾਂ DSP ਸਾਹਿਬ ਦੇ ਗਨਮੈਨਾਂ ਵੱਲੋਂ DSP ਸਾਹਿਬ ਦਫ਼ਤਰ ਵਿੱਚ ਮੌਜੂਦ ਨਾ ਹੋਣ ਦੀ ਗੱਲ ਕਹੀ ਗਈ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ TV ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।